ਸੀ ਜਿਹੜੀ ਕੱਲ੍ਹ ਆ ਕੇ ਮਿਲੀ ਸੀ, ਉਹਨਾਂ ਨੂੰ ਕਾਫੀ ਪ੍ਰੋਬਲਮ ਸੀਗੀ, ਜਿਹਦੇ ਵਿੱਚ ਚਿੱਟੇ ਦੀ ਪ੍ਰੋਬਲਮ ਹੈਗੀ ਹੈ ਅਤੇ ਨਾਲੇ ਸਨੈਚਿੰਗ ਵਗੈਰਾ ਦੀ ਚੋਰੀ ਦੀ ਹੈ। ਤਾਂ ਉਸ ਰਿਗਾਰਡਿੰਗ ਫਿਰ ਮੈਂ ਵੱਡੇ ਸਾਹਿਬ ਨਾਲ, SSP ਸਾਹਿਬ ਨਾਲ ਡਿਸਕਸ ਕਰਕੇ ਅਸੀਂ ਚਾਰਟ ਆਊਟ ਪਲਾਨ ਕੀਤਾ ਸੀਗਾ। ਬਸਤੀ ਦੇ ਵਿੱਚੋਂ ਦੋ ਜਿਹੜੇ ਸੀਗੇ ਲੜਕੇ ਜਿਹੜੇ ਕਿ ਜਿਨ੍ਹਾਂ ਦੇ ਉੱਪਰ NTPS ਦਾ ਮੁਕੱਦਮਾ ਦਰਜ ਹੈਗਾ ਅਤੇ ਉਹ ਹਲੇ ਵਾਂਟਡ ਸੀਗੇ, ਉਹ ਅਸੀਂ ਪਕੜੇ ਗਏ। 5 ਜਿਹੜੇ ਮੋਟਰਸਾਈਕਲ ਵਿਦਆਊਟ ਨੰਬਰ ਅਤੇ ਜਿਨ੍ਹਾਂ ਦਾ ਲੱਗਦਾ ਸੀਗਾ ਵੀ ਸ਼ਾਇਦ ਚੋਰੀ 'ਚ ਹੋਣਗੇ, ਉਹ ਅਸੀਂ ਵੈਰੀਫਾਈ ਕਰਨ ਵਾਸਤੇ ਲੈ ਕੇ ਆਏਗੇ ਕੰਟੀਨਿਊਸਲੀ। ਜਦ ਤੱਕ ਇਹ ਬੰਦੇ ਸੁਧਰ ਨਹੀਂ ਜਾਂਦੇ ਜਾਂ ਇਹ ਬੰਦੇ ਆਪਣਾ ਏਰੀਆ ਨਹੀਂ ਛੱਡ ਜਾਂਦੇ ਹੈਗੇ ਅਤੇ ਇਹ ਕੰਟੀਨਿਊਸਲੀ ਜਿਹੜੀ ਹੈਗੀ ਉਹ ਚੱਲਦੀ ਰਹੇਗੀ। ਨਸ਼ਾ ਵੇਚਣ ਵਾਲੇ ਜਾਂ ਤਾਂ ਨਸ਼ਾ ਵੇਚਣਾ ਛੱਡ ਦੇਣਗੇ ਜਾਂ ਫਿਰ ਹਲਕਾ ਹੀ ਛੱਡ ਜਾਣਗੇ, ਇਹ ਬਿਆਨ ਦਿੱਤਾ ਗਿਆ ਹੈ DSP ਦੇ ਵੱਲੋਂ। ਤਸਵੀਰਾਂ ਵੇਖ ਸਕਦੇ ਹੋ ਕਿ ਪੁਲਿਸ ਦੀ ਟੀਮ ਦੇ ਵੱਲੋਂ ਸ਼ੱਕੀ ਇਲਾਕਿਆਂ ਦੇ ਵਿੱਚ ਰੇਡ ਕੀਤੀ ਜਾ ਰਹੀ ਹੈ, ਘਰ ਦੇ ਵਿੱਚ ਵੜ ਕੇ ਕੋਨਾ ਕੋਨਾ ਫਰੋਲਿਆ ਜਾ ਰਿਹਾ, ਇਕੱਲੇ ਇਕੱਲੇ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਦੱਸਦੀ ਕਿ ਨਸ਼ਾ ਤਸਕਰਾਂ ਦੇ ਉੱਤੇ ਨਕੇਲ ਕਸਣ ਦੇ ਲਈ ਇਹ ਪੁਲਿਸ ਟੀਮ ਦੇ ਵੱਲੋਂ ਰੇਡ ਮਾਰੀ ਗਈ। ਰੇਡ ਤੋਂ ਬਾਅਦ DSP ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੇ ਵੱਲੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਇਸ ਦੇ ਨਾਲ ਹੀ 5 ਮੋਟਰਸਾਈਕਲ ਜੋ ਬਿਨਾਂ ਨੰਬਰ ਪਲੇਟ ਤੋਂ ਸੀ ਉਹ ਬਰਾਮਦ ਕੀਤੇ ਗਏ ਨੇ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਛਾਪੇਮਾਰੀ ਚੱਲਦੀ ਰਹੇਗੀ, ਨਸ਼ਾ ਤਸਕਰਾਂ ਦੇ ਉੱਤੇ ਨਕੇਲ ਜ਼ਰੂਰ ਕੱਸੀ ਜਾਵੇਗੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਲੇ ਪਰਸੋਂ ਹੀ ਜਿਹੜਾ ਗੁਰੂ ਹਰਸਾਹਿਬ ਸਾਹਿਬ ਦਾ ਆਪਾਂ ਚਾਰਜ ਦਿੱਤਾ ਗਿਆ ਅਤੇ ਉਹਦੇ ਵਿੱਚ ਪਬਲਿਕ ਜਿਹੜੀ ਕੱਲ੍ਹ ਆ ਕੇ ਮਿਲੀ ਸੀ, ਉਹਨਾਂ ਨੂੰ ਕਾਫੀ ਪ੍ਰੋਬਲਮ ਸੀਗੀ ਜਿਹਦੇ ਵਿੱਚ ਚਿੱਟੇ ਦੀ ਪ੍ਰੋਬਲਮ ਹੈਗੀ ਅਤੇ ਨਾਲੇ ਸਨੈਚਿੰਗ ਵਗੈਰਾ ਦੀ ਚੋਰੀ ਦੀ ਹੈ। ਤਾਂ ਉਸ ਰਿਗਾਰਡਿੰਗ ਫਿਰ ਮੈਂ ਵੱਡੇ ਸਾਹਿਬ ਨਾਲ, SSP ਸਾਹਿਬ ਨਾਲ ਡਿਸਕਸ ਕਰਕੇ ਅਸੀਂ ਚਾਰਟ ਆਊਟ ਪਲਾਨ ਕੀਤਾ ਸੀਗਾ ਅਤੇ ਉਹਦੇ ਸੰਬੰਧ 'ਚ ਅਸੀਂ ਸਵੇਰੇ ਰੇਡ ਕੀਤੀ ਸੀ। 3-4 ਬਸਤੀਆਂ ਰੱਖੀਆਂ ਸੀ ਜਿਹਦੇ ਵਿੱਚ ਆਪਾਂ ਭੱਠਾ ਬਸਤੀ ਦੇ ਵਿੱਚੋਂ ਦੋ ਜਿਹੜੇ ਸੀਗੇ ਲੜਕੇ ਜਿਹੜੇ ਕਿ ਜਿਨ੍ਹਾਂ ਦੇ ਉੱਪਰ NTPS ਦਾ ਮੁਕੱਦਮਾ ਦਰਜ ਹੈਗਾ ਅਤੇ ਉਹ ਹਲੇ ਵਾਂਟਡ ਸੀਗੇ, ਉਹ ਅਸੀਂ ਪਕੜੇ ਗਏ ਅਤੇ ਨਾਲ ਉਹਦੇ ਨਾਲ ਅਸੀਂ 5 ਜਿਹੜੇ ਮੋਟਰਸਾਈਕਲ ਵਿਦਆਊਟ ਨੰਬਰ ਅਤੇ ਜਿਨ੍ਹਾਂ ਦਾ ਲੱਗਦਾ ਸੀਗਾ ਵੀ ਸ਼ਾਇਦ ਚੋਰੀ 'ਚ ਹੋਣਗੇ, ਉਹ ਅਸੀਂ ਵੈਰੀਫਾਈ ਕਰਨ ਵਾਸਤੇ ਲੈ ਕੇ ਆਏ ਜੀ। ਜਨਾਬ, ਜਿੱਦਾਂ ਦੀ ਅੱਜ ਕਾਰਵਾਈ ਕੀਤੀ ਗਈ ਹੈ ਇਹ ਲਗਾਤਾਰ ਜਾਰੀ ਰਹੂਗੀ? ਕੰਟੀਨਿਊਸਲੀ ਜਦ ਤੱਕ ਇਹ ਬੰਦੇ ਸੁਧਰ ਨਹੀਂ ਜਾਂਦੇ ਜਾਂ ਇਹ ਬੰਦੇ ਆਪਣਾ ਏਰੀਆ ਨਹੀਂ ਛੱਡ ਜਾਂਦੇ ਹੈਗੇ ਅਤੇ ਇਹ ਕੰਟੀਨਿਊਸਲੀ ਜਿਹੜੀ ਹੈਗੀ ਉਹ ਚੱਲਦੀ ਰਹੇਗੀ। ਅਸੀਂ ਅਲੱਗ ਅਲੱਗ ਜਿਹੜੇ ਹੈਗੇ ਪੁਆਇੰਟਸ ਦੇ ਕੇ ਵੀ ਕਿੱਥੋਂ ਕਿੱਥੇ ਕਿਹੜਾ ਕਿਹੜਾ ਬੰਦਾ ਕਰਦਾ ਹੈਗਾ ਅਤੇ ਉਸ ਹਿਸਾਬ ਨਾਲ ਅਸੀਂ ਡਿਟੇਲ ਤਰੀਕੇ ਦੇ ਨਾਲ ਅਸੀਂ ਇਸ ਤਰ੍ਹਾਂ ਦੀ ਕਾਰਵਾਈ ਹਰ ਵਾਰੀ ਹਰ ਰੋਜ਼ ਚੱਲੇਗੀ ਇਸ ਤਰ੍ਹਾਂ ਦੀ ਕਾਰਵਾਈ। ਦੱਸਦੀ ਕਿ ਫਿਰੋਜ਼ਪੁਰ ਦੇ ਗੁਰੂ ਹਰਸਹਾਇ ਦੇ ਵਿੱਚ ਪੁਲਿਸ ਦੇ ਵੱਲੋਂ ਇਹ ਸਰਚ ਅਭਿਆਨ ਚਲਾਇਆ ਗਿਆ। ਪੁਲਿਸ ਦੀ ਟੀਮ ਸ਼ੱਕੀ ਇਲਾਕਿਆਂ ਦੇ ਵਿੱਚ ਪਹੁੰਚੀ, ਉਹਨਾਂ ਵੱਲੋਂ ਭੱਠਾ ਬਸਤੀ ਦੇ ਕੁਝ ਘਰਾਂ ਦੇ ਵਿੱਚ ਰੇਡ ਮਾਰੀ ਗਈ, ਜਿੱਥੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਨਸ਼ੇ ਦਾ ਕਾਰੋਬਾਰ ਧੜੱਲੇ ਦੇ ਨਾਲ ਚੱਲ ਰਿਹਾ, ਜਿਸ ਤੋਂ ਬਾਅਦ ਉਹਨਾਂ ਨੇ ਰੇਡ ਕੀਤੀ ਅਤੇ ਇਸ ਦੌਰਾਨ ਦੋ ਨੌਜਵਾਨ ਵੀ ਗ੍ਰਿਫਤਾਰ ਕੀਤੇ, ਜਿਨ੍ਹਾਂ ਦੇ ਉੱਤੇ NTPS ਐਕਟ ਦੇ ਤਹਿਤ ਮੁਕੱਦਮਾ ਦਰਜ ਸੀ। ਉਹਨਾਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਬਿਨਾਂ ਨੰਬਰ ਤੋਂ 5 ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਨੇ। ਫਿਰੋਜ਼ਪੁਰ ਤੋਂ ਪਰਮਜੀਤ ਸਿਖਾਣਾ, ਪੰਜਾਬੀ ਲੋਕ ਚੈਨਲ।